ਆਪਣੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜੀ ਆਪਣੇ ਚੈਨਲ ਦਾ ਹੈਲਪਲਾਈਨ ਨੰਬਰ ਕਰ ਲਓ ਨੋਟ, 88 470 48 496 ਜੀ। ਜੇ ਕਿਸੇ ਵੀਰ ਨੇ ਕੋਈ ਖੇਤੀਬਾੜੀ ਦਾ ਸਾਧਨ, ਕੋਈ ਖੇਤੀਬਾੜੀ ਦਾ ਸੰਦ ਸੇਲ ਕਰਨਾ ਹੋਵੇ ਤਾਂ ਆਪਣੇ ਚੈਨਲ 'ਤੇ ਐਡ ਲਗਾਉਣ ਲਈ ਆਪਣੇ ਸਾਧਨ ਦੀਆਂ 5-7 ਫੋਟੋਆਂ ਅਤੇ ਲੋੜੀਂਦਾ ਜਾਣਕਾਰੀ ਸਾਡੇ ਇਸ ਨੰਬਰ 'ਤੇ ਭੇਜ ਦਿਓ ਜੀ। ਅਸੀਂ ਤੁਹਾਡੀ ਐਡ ਆਪਣੇ ਚੈਨਲ 'ਤੇ ਲਗਾ ਦੇਵਾਂਗੇ। ਐਡ ਲਗਾਉਣ ਦਾ ਕੋਈ ਖਰਚਾ ਨਹੀਂ ਜੀ, ਬਿਲਕੁਲ ਫ੍ਰੀ ਐਡ ਲਗਾਈ ਜਾਂਦੀ ਆਪਣੇ ਚੈਨਲ 'ਤੇ। ਸੋ ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਆਏ ਨੇ, ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ, ਅਤੇ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਜੀ। ਆਪਾਂ ਹਰ ਰੋਜ਼ ਇਸ ਤਰ੍ਹਾਂ ਦੀਆਂ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਜੀ। ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਜੀ, ਸਵਰਾਜ 744 2006 ਮਾਡਲ ਟਰੈਕਟਰ ਹੈ ਜੀ। 2,40,000 ਰੁਪਇਆ ਵੀਰ ਦੀ ਡਿਮਾਂਡ ਹੈ ਜੀ। ਰਾਜਸਥਾਨ ਨੰਬਰ ਟਰੈਕਟਰ ਹੈ ਜੀ। ਅਗਲੇ ਟਾਇਰਾਂ ਦੀ ਕੰਡੀਸ਼ਨ 75 ਪੈਸੇ ਹੈ ਜੀ, ਮਗਰਲੇ ਟਾਇਰਾਂ ਦੀ ਕੰਡੀਸ਼ਨ 40-50 ਪੈਸੇ ਆ। ਰਾਜਸਥਾਨ ਨੰਬਰ ਟਰੈਕਟਰ ਹੈ ਜੀ। 2,40,000 ਰੁਪਇਆ ਵੀਰ ਦੀ ਡਿਮਾਂਡ ਹੈ ਜੀ। ਸਰਸਾ ਏਰੀਆ ਵੀਰ ਦਾ, ਸਰਸੇ ਏਰੀਏ 'ਚ ਮੱਖੋ ਸਰਨੀ ਵੀਰ ਦਾ ਪਿੰਡ ਹੈ ਜੀ। ਕੰਟੈਕਟ ਵੀਰ ਦਾ 99011-20-196 ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ। ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਕੰਟੈਕਟ ਕਰ ਸਕਦਾ ਜੀ ਵੀਰ ਨਾਲ। ਇੰਜਣ, ਗੇਅਰ, ਲਿਫਟ ਪੰਪ ਦਾ ਸਾਰਾ ਕੁਛ ਓਕੇ, ਟਰੈਕਟਰ ਦਾ ਵਾਹ ਕੇ ਚੈੱਕ ਕਰ ਸਕਦੇ ਹੋ ਜੀ। ਅੱਗੇ ਹੈ ਜੀ ਸੇਲ ਲਈ ਫਾਰਮ ਟਰੈਕ 60-80 ਪੈਸੇ, ਟਾਇਰਾਂ ਦੀ ਕੰਡੀਸ਼ਨ ਹੈ ਜੀ। 2002 ਮਾਡਲ ਹੈ ਟਰੈਕਟਰ, ਇੰਜਣ, ਗੇਅਰ, ਲਿਫਟ ਪੰਪ ਸਾਰਾ ਕੁਛ ਓਕੇ ਹੈ ਜੀ। ਨਵੀਂ ਬੈਟਰੀ ਹੈ ਜੀ, ਪਾਵਰ ਸਟੇਅਰਿੰਗ ਕੀਤਾ ਹੋਇਆ ਟਰੈਕਟਰ, ਡਬਲ ਕਲੱਚ ਹੈ ਜੀ। 2,60,000 ਰੁਪਇਆ ਵੀਰ ਦੀ ਡਿਮਾਂਡ ਹੈ ਜੀ। ਟਰੈਕਟਰ ਸਾਰਾ ਓਰਿਜਨਲ ਹੈ, ਰੰਗ ਪੇਂਟ ਬਿਲਕੁਲ ਨਾਲ ਦਾ। ਅਬੋਹਰ ਏਰੀਆ ਵੀਰ ਦਾ, ਕੰਟੈਕਟ ਹੈ ਜੀ 95018-50595। ਚਾਰੇ ਟਾਇਰਾਂ ਦੀ ਕੰਡੀਸ਼ਨ ਜੀ 80 ਪੈਸੇ ਆ। ਪੰਜਾਬ ਨੰਬਰ ਟਰੈਕਟਰ ਹੈ ਜੀ। ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਕੰਟੈਕਟ ਕਰ ਸਕਦਾ ਜੀ ਵੀਰ ਨਾਲ। ਸਾਰੇ ਪੇਪਰ ਕੰਪਲੀਟ ਹੈ ਜੀ, ਪੰਜਾਬ ਨੰਬਰ ਹੈ, ਟਰੈਕਟਰ ਸਾਰਾ ਓਰਿਜਨਲ ਹੈ। ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਕੰਟੈਕਟ ਕਰ ਸਕਦਾ ਜੀ ਵੀਰ ਨਾਲ। ਅੱਗੇ ਹੈ ਜੀ ਸੇਲੀ ਸਵਰਾਜ 855 2015 ਮਾਡਲ ਟਰੈਕਟਰ ਹੈ ਜੀ। ਇਹ 5,30,000 ਰੁਪਇਆ ਵੀਰ ਦੀ ਡਿਮਾਂਡ ਹੈ ਜੀ। 90 ਪੈਸੇ, ਟਾਇਰਾਂ ਦੀ ਕੰਡੀਸ਼ਨ ਹੈ ਜੀ। ਪੰਜਾਬ ਨੰਬਰ ਹੈ ਜੀ। 1291 ਘੰਟੇ ਚੱਲਿਆ ਹੋਇਆ ਟਰੈਕਟਰ ਜੀ। 5,30,000 ਰੁਪਇਆ ਵੀਰ ਦੀ ਡਿਮਾਂਡ ਹੈ। ਮੁਕਤਸਰ ਵੀਰ ਦਾ ਏਰੀਆ ਜੀ। ਕੰਟੈਕਟ ਹੈ ਵੀਰ ਦਾ 75288-52-377। ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ, ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ, ਰੰਗ ਪੇਂਟ ਸਾਰਾ ਕੁਛ ਉਵੇਂ ਹੀ ਪਿਆ, ਬਿਲਕੁਲ ਕਿਤੋਂ ਰੰਗ ਪੇਂਟ ਉਤਰਿਆ ਨਹੀਂ, ਕਿਤੇ ਰੰਗ ਪੇਂਟ ਦੁਬਾਰੇ ਨਹੀਂ ਹੋਇਆ ਜੀ। ਸੋ ਆਪਣੀ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਜੀ, ਅਤੇ ਜੇ ਕੋਈ ਤੁਹਾਡਾ ਸਵਾਲ ਹੋਵੇ ਵੀਡੀਓ ਦੌਰਾਨ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਜੀ, ਅਸੀਂ ਤੁਹਾਡੇ ਕਮੈਂਟ ਦਾ ਰਿਪਲਾਈ ਜ਼ਰੂਰ ਕਰਾਂਗੇ ਜੀ। ਅਤੇ ਨਾਲ ਹੀ ਨਾਲ ਜਿਹੜੇ ਵੀ ਚੈਨਲ 'ਤੇ ਨਵੇਂ ਆਏ ਨੇ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ। 1291 ਘੰਟੇ ਚੱਲਿਆ ਹੋਇਆ ਟਰੈਕਟਰ ਜੀ, ਪੰਜਾਬ ਨੰਬਰ ਹੈ, 5,30,000 ਰੁਪਇਆ ਡਿਮਾਂਡ ਹੈ ਜੀ। 2015 ਮਾਡਲ ਹੈ। ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ ਜੀ। ਅੱਗੇ ਹੈ ਜੀ ਸੇਲੀ ਸੋਨਾਲੀਕਾ 750 RX 2010 ਮਾਡਲ ਟਰੈਕਟਰ ਹੈ ਜੀ। 3,70,000 ਰੁਪਇਆ ਡਿਮਾਂਡ ਹੈ ਵੀਰ ਦੀ। 90 ਪੈਸੇ, ਟਾਇਰਾਂ ਦੀ ਕੰਡੀਸ਼ਨ ਹੈ ਜੀ। ਪੰਜਾਬ ਨੰਬਰ ਟਰੈਕਟਰ। 3,70,000 ਰੁਪਇਆ ਵੀਰ ਦੀ ਡਿਮਾਂਡ ਹੈ ਜੀ। ਬਰਨਾਲਾ ਵੀਰ ਦਾ ਏਰੀਆ। ਕੰਟੈਕਟ ਹੈ ਵੀਰ ਦਾ 85568-29522। ਜੇ ਕਿਸੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਕੰਟੈਕਟ ਕਰ ਸਕਦਾ ਜੀ ਵੀਰ ਨਾਲ। ਸਕਰੀਨ ਦੇ ਉੱਪਰ ਨੰਬਰ ਵੀਰ ਦਾ ਸ਼ੋਅ ਹੋ ਰਿਹਾ ਜੀ। ਪੰਜਾਬ ਨੰਬਰ ਟਰੈਕਟਰ ਹੈ ਜੀ। 90 ਪੈਸੇ, ਟਾਇਰਾਂ ਦੀ ਕੰਡੀਸ਼ਨ ਹੈ। ਟਰੈਕਟਰ ਸਾਰਾ ਓਰਿਜਨਲ ਹੈ, ਬਿਲਕੁਲ ਰੰਗ ਪੇਂਟ ਸਾਰਾ ਕੁਛ ਨਾਲ ਦਾ ਜੀ। ਵੀਰ ਵੱਲੋਂ ਪੂਰੀ ਫੁੱਲ ਤਸੱਲੀ ਹੈ। ਟਰੈਕਟਰ ਨੂੰ ਜੀ ਵਾਹ ਕੇ ਚੈੱਕ ਕਰਕੇ ਖਰੀਦ ਸਕਦੇ ਹੋ। ਰੇਟ ਤਾਂ ਬਾਕੀ ਮੌਕੇ 'ਤੇ ਵੱਧ ਘੱਟ ਹੋ ਜੂਗਾ ਜੀ। ਜੇ ਕਿਸੇ ਵੀਰ ਨੇ ਇਹ ਸੋਨਾਲੀਕਾ 750 RX ਟਰੈਕਟਰ ਖਰੀਦਣਾ ਹੋਵੇ ਕੰਟੈਕਟ ਕਰ ਸਕਦਾ ਜੀ ਵੀਰ ਨਾਲ। ਸਕਰੀਨ ਦੇ ਉੱਪਰ ਨੰਬਰ ਵੀਰ ਦਾ ਸ਼ੋਅ ਹੋ ਰਿਹਾ ਜੀ। ਅੱਗੇ ਹੈ ਜੀ ਸੇਲ ਲਈ ਕੱਦੂ ਕਰਨ ਵਾਲੀ ਚਰਖੀ, ਹਲਾਂ ਦੇ ਮਗਰ ਜੋ ਫਿੱਟ ਹੁੰਦੀ ਆ।
ਨਵੀਆਂ ਪੱਤੀਆਂ ਨੇ ਜੀ, ਨਵੇਂ ਵੈਰਿੰਗ ਹੈ, ਪੂਰੀ ਭਾਰੀ ਹੈ ਜੀ ਚਰਖੀ ਇਹ, ਨਵੀਆਂ ਪੱਤੀਆਂ ਨੇ ਜੀ, ਨਵੇਂ ਵੈਰਿੰਗ ਹੈ। ਰੇਟ ਇਸ ਦਾ ਤੁਸੀਂ ਫੋਨ 'ਤੇ ਪਤਾ ਕਰ ਸਕਦੇ ਹੋ, ਵੀਰ ਨੇ ਕੋਈ ਰੇਟ ਬਾਰੇ ਜਾਣਕਾਰੀ ਨਹੀਂ ਦਿੱਤੀ। ਅਬੋਹਰ ਵੀਰ ਦਾ ਏਰੀਆ ਜੀ, ਕੰਟੈਕਟ ਹੈ ਵੀਰ ਦਾ 98 144 57 039 ਜੀ, ਪੂਰੀ ਹੈਵੀ ਹੈ ਜੀ। ਜੇ ਕਿਸੇ ਵੀਰ ਨੇ ਇਹ ਕੱਦੂ ਕਰਨ ਵਾਲੀ ਚਰਖੀ ਲੈਣੀ ਹੋਵੇ ਕੰਟੈਕਟ ਕਰ ਸਕਦਾ ਜੀ ਵੀਰ ਨਾਲ, ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ। ਬਹੁਤ ਹੀ ਘੱਟ ਵਰਤੀ ਹੋਈ ਹੈ ਜੀ, ਨਵੀਆਂ ਪੱਤੀਆਂ, ਨਵੇਂ ਵਾਇਰਿੰਗ ਨੇ ਜੀ। ਸੋ ਆਪਣੀ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਜੀ, ਅਤੇ ਜਿਹੜੇ ਵੀਰ ਚੈਨਲ 'ਤੇ ਨਵੇਂ ਆਉਂਦੇ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ, ਅਤੇ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਜੀ। ਅੱਗੇ ਹੈ ਜੀ ਸੇਲ ਲਈ ਸੋਨਾਲੀਕਾ 60 2013 ਮਾਡਲ ਟਰੈਕਟਰ ਹੈ ਜੀ, ਚਾਰੇ ਟਾਇਰਾਂ ਦੀ ਕੰਡੀਸ਼ਨ 75 ਪੈਸੇ ਹੈ, ਪੰਜਾਬ ਨੰਬਰ ਟਰੈਕਟਰ ਹੈ ਜੀ, 4,10,000 ਰੁਪਇਆ ਵੀਰ ਦੀ ਡਿਮਾਂਡ ਹੈ ਜੀ, 1960 ਘੰਟੇ ਚੱਲਿਆ ਹੋਇਆ ਟਰੈਕਟਰ ਇਹ ਜੀ, 75 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਜੀ, 4,10,000 ਰੁਪਇਆ ਵੀਰ ਦੀ ਡਿਮਾਂਡ ਹੈ ਜੀ, ਸੰਗਰੂਰ ਵੀਰ ਦਾ ਏਰੀਆ। ਕੰਟੈਕਟ ਵੀਰ ਦਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ, 98 727 70 071। ਸਾਰਾ ਟਰੈਕਟਰ ਓਰੀਜਨਲ ਹੈ ਜੀ, ਵਾਹ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ, ਬਾਕੀ ਰੇਟ ਦਾ ਮੌਕੇ 'ਤੇ ਵੱਧ ਘੱਟ ਹੋ ਜੂਗਾ, ਤੁਸੀਂ ਫੋਨ 'ਤੇ ਗੱਲ ਕਰ ਸਕਦੇ ਹੋ ਵੀਰ ਨਾਲ ਜੀ। ਸਕਰੀਨ ਦੇ ਉੱਪਰ ਨੰਬਰ ਵੀਰ ਦਾ ਸ਼ੋ ਹੋ ਰਿਹਾ, ਪੰਜਾਬ ਨੰਬਰ ਟਰੈਕਟਰ ਹੈ ਜੀ, 4,10,000 ਰੁਪਇਆ ਵੀਰ ਦੀ ਡਿਮਾਂਡ ਹੈ, 1960 ਘੰਟੇ ਚੱਲਿਆ ਹੋਇਆ ਜੀ, 75 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ, ਰੰਗ ਪੇਂਟ ਬਿਲਕੁਲ ਨਾਲ ਦਾ ਪਿਆ, ਕਿਤੇ ਰੰਗ ਪੇਂਟ ਉਤਰਿਆ ਨਹੀਂ ਜੀ, ਕਿਤੇ ਰੰਗ ਪੇਂਟ ਦੁਬਾਰੇ ਨਹੀਂ ਹੋਇਆ। ਜੇ ਕਿਸੇ ਵੀਰ ਨੇ ਇਹ ਸੋਨਾਲੀਕਾ ਟਰੈਕਟਰ ਖਰੀਦਣਾ ਹੋਵੇ ਕੰਟੈਕਟ ਵੀਰ ਨਾਲ ਕਰ ਸਕਦਾ ਜੀ, ਸਕਰੀਨ ਦੇ ਉੱਪਰ ਨੰਬਰ ਵੀਰ ਦਾ ਸ਼ੋ ਹੋ ਰਿਹਾ ਜੀ। ਸੋ ਜੇਕਰ ਤੁਸੀਂ ਵੀ ਆਪਣੇ ਚੈਨਲ 'ਤੇ ਇਸ ਤਰ੍ਹਾਂ ਦੀ ਐਡ ਲਵਾਉਣੀ ਹੋਵੇ ਤਾਂ ਆਪਣੇ ਸਾਧਨ ਦੀਆਂ 5-7 ਫੋਟੋਆਂ ਸਾਡੇ ਵਟਸਐਪ ਨੰਬਰ 'ਤੇ ਭੇਜ ਦਿਓ ਜੀ, 88 470 48 496 ਸਾਡਾ ਵਟਸਐਪ ਨੰਬਰ ਹੈ, ਅਸੀਂ ਤੁਹਾਡੀ ਐਡ ਆਪਣੇ ਇਸ ਚੈਨਲ 'ਤੇ ਲਗਾ ਦੇਵਾਂਗੇ। ਐਡ ਲਵਾਉਣ ਦਾ ਕੋਈ ਖਰਚਾ ਨਹੀਂ ਜੀ, ਬਿਲਕੁਲ ਫ੍ਰੀ ਐਡ ਲਗਾਈ ਜਾਂਦੀ ਹੈ ਚੈਨਲ 'ਤੇ। ਸੋ ਅੱਗੇ ਹੈ ਜੀ ਸੇਲ ਲਈ ਆਪਣੇ ਕੋਲ ਸਵਰਾਜ 855 2014 ਮਾਡਲ ਟਰੈਕਟਰ ਹੈ ਜੀ, ਪੰਜਾਬ ਨੰਬਰ ਟਰੈਕਟਰ ਹੈ, 1433 ਘੰਟੇ ਚੱਲਿਆ ਹੋਇਆ ਜੀ, 2014 ਮਾਡਲ ਹੈ, 4,75,000 ਰੁਪਇਆ ਵੀਰ ਦੀ ਡਿਮਾਂਡ ਹੈ ਜੀ, ਪਟਿਆਲਾ ਏਰੀਆ ਵੀਰ ਦਾ। ਕੰਟੈਕਟ ਹੈ ਜੀ 97 811 10 073 97 811 10 073 ਵੀਰ ਦਾ ਨੰਬਰ ਹੈ ਜੀ। ਜੇ ਕਿਸੇ ਵੀਰ ਨੇ ਹੇਠ ਸਵਰਾਜ 855 ਟਰੈਕਟਰ ਖਰੀਦਣਾ ਹੋਵੇ ਤਾਂ ਕੰਟੈਕਟ ਕਰ ਸਕਦਾ ਜੀ ਵੀਰ ਨਾਲ, ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ। ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ, 4 ਸਟਾਰ। ਸੋ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਕੰਟੈਕਟ ਕਰ ਸਕਦਾ ਜੀ ਵੀਰ ਨਾਲ, ਸਾਰਾ ਟਰੈਕਟਰ ਓਰੀਜਨਲ ਹੈ ਜੀ, ਪੰਜਾਬ ਨੰਬਰ ਹੈ ਜੀ, 1433 ਘੰਟੇ ਚੱਲਿਆ ਹੋਇਆ ਜੀ, 2014 ਮਾਡਲ ਹੈ। ਅੱਗੇ ਹੈ ਜੀ ਸੇਲ ਲਈ ਫੋਰਡ 3600 1993 ਮਾਡਲ ਟਰੈਕਟਰ ਹੈ ਜੀ, ਇੰਜਣ ਗੇਅਰ ਲਿਫਟ ਪੰਪ ਸਾਰਾ ਕੁਛ ਓਕੇ ਆ, ਪੰਜਾਬ ਨੰਬਰ ਹੈ ਜੀ, 1,15,000 ਰੁਪਇਆ ਵੀਰ ਦੀ ਡਿਮਾਂਡ ਹੈ ਜੀ, 1993 ਮਾਡਲ ਹੈ, ਮੋਗਾ ਵੀਰ ਦਾ ਏਰੀਆ ਜੀ। ਕੰਟੈਕਟ ਹੈ ਵੀਰ ਦਾ ਜੀ 98 142 26 883 98 142 26 883 ਵੀਰ ਦਾ ਨੰਬਰ ਹੈ ਜੀ। ਜੇ ਕਿਸੇ ਵੀਰ ਨੇ ਇਹ ਫੋਰਡ 3600 ਟਰੈਕਟਰ ਖਰੀਦਣਾ ਹੋਵੇ ਕੰਟੈਕਟ ਕਰ ਸਕਦਾ ਜੀ ਵੀਰ ਨਾਲ, ਇੰਜਣ ਗੇਅਰ ਲਿਫਟ ਪੰਪ ਸਾਰਾ ਕੰਮ ਹੋਇਆ ਟਰੈਕਟਰ ਦਾ ਜੀ, ਪੰਜਾਬ ਨੰਬਰ ਹੈ, ਸਾਰੇ ਕਾਗਜ਼ ਪੱਤਰ ਪੂਰੇ ਨੇ ਜੀ। ਸੋ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਕੰਟੈਕਟ ਕਰ ਸਕਦਾ ਜੀ ਵੀਰ ਨਾਲ। ਸੋ ਵੀਡੀਓ ਦੇ ਅੰਤ ਵਿੱਚ ਫਿਰ ਬੇਨਤੀ ਹੈ ਜੀ, ਜਿਹੜੇ ਵੀਰ ਚੈਨਲ 'ਤੇ ਨਵੇਂ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ, ਅਤੇ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨ ਜੀ। ਸੋ ਜੇ ਕੋਈ ਤੁਹਾਡਾ ਵੀਡੀਓ ਦੇ ਦੌਰਾਨ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਜੀ, ਅਸੀਂ ਤੁਹਾਡੇ ਕਮੈਂਟ ਦਾ ਰਿਪਲਾਈ ਜ਼ਰੂਰ ਕਰਾਂਗੇ ਜੀ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।